ਅੱਗੇ ਪੜ੍ਹਦੇ ਹਾਂ ਜੀ ਸਭ ਤੋਂ ਪੁਰਾਣੇ ਲੋਕ ਸਭ ਤੋਂ ਪੁਰਾਣੇ ਦੇਖੋ ਜਦੋਂ ਇਨਸਾਨ ਅਜੂਕਾ ਇਨਸਾਨ ਕਹ ਲਿਆ ਸੀ ਉਹ ਜਦੋਂ ਹੋਂਦ ਵਿੱਚ ਆਇਆ ਤਾਂ ਸ਼ੁਰੂਆਤ ਵਿੱਚ ਉਹ ਉਹਦੀ ਬੇਸਿਕ ਨੀਡਸ ਮਿਨੀਮਮ ਜਿਹੀ ਸੀ ਰੋਟੀ ਪਾਣੀ ਖਾਣਾ ਤੇ ਕਿਤੇ ਸੁਰੱਖਿਅਤ ਥਾਂ ਤੇ ਰਹਿਣਾ ਤੇ ਇਹ ਜਾਨਵਰਾਂ ਨੂੰ ਮਾਰ ਕੇ ਮਾਸ ਖਾਂਦੇ ਸੀ ਪੇੜ ਪੌਦਿਆਂ ਤੋਂ ਫਲ ਫਰੂਟ ਲੈ ਕੇ ਖਾਂਦੇ ਸੀ ਉਹਨਾਂ ਦੀਆਂ ਜੜ੍ਹਾਂ ਖਾਂਦੇ ਸੀ ਤੇ ਫਿਰ ਕਿਤੇ ਗੁਫਾ ਵਿੱਚ ਜਾਂ ਕਿਸੇ ਹੋਰ ਸ਼ੈਲਟਰ ਦੇ ਵਿੱਚ ਥੱਲੇ ਇਹ ਆਪਣਾ ਸੌਂਦੇ ਸੀ ਆਰਾਮ ਕਰਦੇ ਸੀ ਤਾਂ ਇਹਨਾਂ ਦੇ ਘਰ ਨਹੀਂ ਸੀ ਹੁੰਦੇ ਇਹ ਸਭ ਤੋਂ ਪੁਰਾਣੇ ਲੋਕ ਇਹੀ ਆ ਯਾਦ ਕਰਿਓ ਸਕੂਲ ਵਿੱਚ ਅਸੀਂ ਆਦੀਮਾਨਵ ਮਾਤੀਮਾਨਵ ਪੜ੍ਹਦੇ ਹੁੰਨੇ ਸੀ ਤੇ ਉਹ ਇਹੀ ਬੰਦਿਆਂ ਵਾਲੀ ਗੱਲਾਂ ਹੁੰਦੀਆਂ ਉਹ ਕੋਈ ਇੱਕ ਆਦੀਮਾਨਵ ਨਹੀਂ ਸੀ ਉਹ ਦਾ ਆਦੀ ਦਾ ਮਤਲਬ ਪਹਿਲਾ ਵਾਲਾ ਸ਼ੁਰੂਆਤ ਵਿੱਚ ਇਨਸਾਨ ਕਿਸ ਤਰ੍ਹਾਂ ਰਹਿੰਦਾ ਸੀ ਸਭ ਤੋਂ ਪੁਰਾਣੇ ਲੋਕ ਉਹ ਕਿਉਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ ਜੇ ਉਹ ਸੋਚੋ ਕਿਉਂ ਜਾਂਦੇ ਸੀ ਇੱਕ ਥਾਂ ਤੋਂ ਦੂਜੀ ਥਾਂ ਸਿੰਪਲੀ ਫੂਡ ਲਈ 메ਜਰ ਕਾਰਨ ਸੀ ਫੂਡ ਖਾਣ ਪੀਣ ਲਈ ਇੱਕ ਥਾਂ ਤੇ ਫਲ ਫਰੂਟ ਮੁੱਕ ਗਏ ਤਾਂ ਦੂਜੀ ਥਾਂ ਚਲੇ ਗਏ ਇੱਕ ਥਾਂ ਤੇ ਜਾਨਵਰ ਮੁੱਕ ਗਏ ਖਾਣ ਲਈ ਘਟ ਗਏ ਤਾਂ ਦੂਜੀ ਥਾਂ ਚਲੇ ਗਏ ਇੱਕ ਥਾਂ ਤੇ ਜਾਨਵਰਾਂ ਦਾ ਪਿੱਛਾ ਕਰਦੇ ਕਰਦੇ ਦੂਜੀ ਥਾਂ ਚਲੇ ਗਏ ਇਸ ਤਰ੍ਹਾਂ ਦੇ ਮੇਨ ਕਾਰਨ ਹੁੰਦੇ ਸੀ ਅਸੀਂ ਉਹਨਾਂ ਲੋਕਾਂ ਬਾਰੇ ਜਾਣਦੇ ਹਾਂ ਜੋ ਪੀ ਲੱਖ ਸਾਲ ਪਹਿਲਾਂ ਉਪਮਹਾਦੀਪ ਵਿੱਚ ਰਹਿੰਦੇ ਸਨ ਇਸ ਉਪਮਹਾਦੀਪ ਕੀੜਾ ਇੰਡੀਅਨ সাব ਕੰਟੀਨੈਂਟ ਇਹ ਕਿਹਨਾਂ ਮਹਾਦੀਪ ਇਹ ਕਿਹਨਾਂ ਉਪਮਹਾਦੀਪ ਜਿਸ ਤਰ੍ਹਾਂ ਸਾਡਾ ਭਾਰਤ ਆ ਉਹਦੇ ਇੱਕ ਪਾਸੇ ਪਹਾੜ ਆ ਹਿਮਾਲਿਆ ਪਰਬਤ ਦੇ ਪਹਾੜ ਆ ਤੇ ਤਿੰਨ ਪਾਸੇ ਕੀ ਆ ਸਮੁੰਦਰ ਆ ਤੇ ਇਹ ਕੀ ਆ ਆਪਣੇ ਆਪ ਵਿੱਚ ਭੂਗੋਲਿਕ ਤੌਰ ਤੇ ਅਲੱਗ ਹਿੱਸਾ ਆ ਧਰਤੀ ਉੱਤੇ ਤੇ ਇਹਨੂੰ ਕਹਿ ਦਿੰਦੇ ਆ ਉਪਮਹਾਦੀਪ ਤਾਂ ਇਸ ਭਾਰਤੀ ਉਪਮਹਾਦੀਪ ਵਿੱਚ 20 ਲੱਖ ਸਾਲ ਤੋਂ ਪਹਿਲਾਂ ਇੱਥੇ ਇਨਸਾਨ ਰਹਿੰਦਾ ਸੀ ਬਹੁਤ ਜ਼ਿਆਦਾ ਸਮਾਂ ਹੁੰਦਾ ਜੀ ਇਹੇ ਅੱਜ ਅਸੀਂ ਉਹਨਾਂ ਨੂੰ ਸ਼ਿਕਾਰੀ ਜਾਂ ਇਕੱਠਾ ਕਰਨ ਵਾਲਿਆਂ ਵਿੱਚੋਂ ਵਰਣਨ ਕਰਦੇ ਹਾਂ ਡਿਸਕ੍ਰਾਈਬ ਕਰਦੇ ਹਾਂ ਵੀ ਇਹ ਲੋਕ ਇੱਕ ਸੀਗੇ ਸ਼ਿਕਾਰ ਕਰਦੇ ਸੀ ਤੇ ਜਾਂ ਭੋਜਨ ਵੈਸੇ ਇਕੱਠਾ ਕਰਦੇ ਸੀ ਪੌਦਿਆਂ ਤੋਂ ਪੌਦਿਆਂ ਦੀ ਜੜ੍ਹਾਂ ਤੋਂ ਇਸ ਤਰ੍ਹਾਂ ਭੋਜਨ ਇਕੱਠਾ ਕਰਦੇ ਸੀ ਜਾਂ ਸ਼ਿਕਾਰ ਕਰਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਹੰਟਰ ਗੈਦਰਰ ਵੀ ਕਹਿੰਦੇ ਹਾਂ ਅੰਗਰੇਜ਼ੀ ਵਿੱਚ ਇਹ ਨਾਮ ਉਸ ਤਰੀਕੇ ਤੋਂ ਆਉਂਦਾ ਹੈ ਜਿਸ ਵਿੱਚ ਉਹਨਾਂ ਨੇ ਆਪਣਾ ਭੋਜਨ ਪ੍ਰਾਪਤ ਕੀਤਾ ਸ਼ਿਕਾਰ ਕਰਕੇ ਜਾਂ ਇਕੱਠਾ ਕਰਕੇ ਠੀਕ ਆਮ ਤੌਰ ਤੇ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਮੱਛੀਆਂ ਅਤੇ ਪੰਛੀਆਂ ਨੂੰ ਫੜਦੇ ਸਨ ਫਲ ਜੜਾਂ ਬੀਜ ਪੱਤੇ ਡੰਡੇ ਅਤੇ ਆਂਡੇ ਵਗੈਰਾ ਇਕੱਠੇ ਕਰਦੇ ਸਨ ਸਾਟੇਵੜ ਕੇ ਗਰਮ ਦੇਸ਼ਾਂ ਵਿੱਚ ਪੌਦਿਆਂ ਦੀ ਵਿਸ਼ਾਲ ਕਿਸਮ ਦਾ ਮਤਲਬ ਹੈ ਕਿ ਪੌਦਿਆਂ ਦੀ ਉਪਜ ਨੂੰ ਇਕੱਠਾ ਕਰਨਾ ਭੋਜਨ ਪ੍ਰਾਪਤ ਕਰਨ ਦਾ ਇੱਕ ਬਹੁਤ ਮਹੱਤਵਪੂਰਨ ਸਾਧਨ ਸੀ ਹੁਣ ਦੇਖੋ ਇੰਡੀਆ ਜਿਹੜਾ ਨਾ ਉਹ ਭੂਮਧ ਰੇਖਾ ਦੇ ਲਾਗੇ ਆ ਤੇ ਭੂਮਧ ਰੇਖਾ ਦੇ ਲਾਗੇ ਜਿਹੜੇ ਦੇਸ਼ ਹੁੰਦੇ ਆ ਉਹ ਕੀ ਹੁੰਦੇ ਆ ਗਰਮ ਦੇਸ਼ ਹੁੰਦੇ ਆ ਕਿਉਂ ਕਿ ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਆ ਜ਼ਿਆਦਾ ਪੈਂਦੀਆਂ ਆ ਤੇ ਜਿਹੜੇ ਥੋੜੇ ਗਰਮ ਹੁੰਦੇ ਆ ਉੱਥੇ ਪੇੜ-ਪੌਦੇ ਵੀ ਜ਼ਿਆਦਾ ਹੁੰਦੇ ਆ ਆ ਤੁਸੀਂ ਥੋੜਾ ਸੋਚ ਕੇ ਦੇਖਿਓ ਨਾ ਕਿ ਠੰਡੇ ਏਰੀਏ ਵਾਲਾ ਜਿੱਥੇ ਬਰਫ ਪੈਂਦੀ ਆ ਉੱਥੇ ਕੀ ਆ ਪੇੜ ਪੌਦੇ ਘੱਟ ਹੁੰਦੇ ਆ ਜਿੱਥੇ ਥੋੜੀ ਗਰਮੀ ਹੁੰਦੀ ਆ ਉੱਥੇ ਪੇੜ ਪੌਦੇ ਜ਼ਿਆਦਾ ਹੁੰਦੇ ਆ ਜ਼ਿਆਦਾ ਦਰਖਤ ਇਹਦਾ ਮਤਲਬ ਦਰਖਤਾਂ ਤੋਂ ਲੈਣ ਵਾਲਾ ਪੋਜਨ ਵੀ ਜ਼ਿਆਦਾ ਤਾਂ ਇਹ ਮੇਨ ਕੰਮ ਸੀ ਜੀ ਪੌਦਿਆਂ ਤੋਂ ਪੋਜਨ ਲੈਣਾ ਇਹਨਾਂ ਵਿੱਚੋਂ ਕੋਈ ਵੀ ਕੰਮ ਕਰਨਾ ਆਸਾਨ ਨਹੀਂ ਸੀ ਇੱਥੇ ਬਹੁਤ ਸਾਰੇ ਜਾਨਵਰ ਹਨ ਜੋ ਸਾਡੇ ਨਾਲੋਂ ਤੇਜ਼ ਤੌਰ ਤੇ ਹਨ ਬਹੁਤ ਸਾਰੇ ਤਾਕਤਵਰ ਵੀ ਹਨ ਹੁਣ ਵੱਡੇ ਵੱਡੇ ਤਾਕਤਵਰ ਜਾਨਵਰ ਜਿਹੜੇ ਬਹੁਤ ਤੇਜ਼ ਦੌੜਦੇ ਆ ਉਹਨਾਂ ਦਾ ਸ਼ਿਕਾਰ ਕਰਨਾ ਸੌਖਾ ਥੋੜੀ ਪਿਆ ਆ ਇਹ ਕੰਮ ਸਾਰੇ ਕਾਕੂ ਕੀ ਕੀ ਹੁੰਦੇ ਸੀ ਔਖੇ ਹੁੰਦੇ ਸੀ ਜਾਨਵਰਾਂ ਦਾ ਸ਼ਿਕਾਰ ਕਰਨ ਜਾਂ ਮੱਛੀਆਂ ਅਤੇ ਪੰਛੀਆਂ ਨੂੰ ਫੜਨ ਲਈ ਲੋਕਾਂ ਨੂੰ ਬਹੁਤ ਸੁਚੇਤ ਤੇਜ਼ ਅਤੇ ਬਹੁਤ ਸਾਰੇ ਦਿਮਾਗ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ ਕਾਫੀ ਤੇਜ਼ ਹੋਣਾ ਚਾਹੀਦੇ ਬੰਦੇ ਦੌੜਨ ਵਿੱਚ ਫਿਜ਼ੀਕਲੀ ਫਿਟ ਹੋਣੇ ਚਾਹੀਦੇ ਆ ਕਾਫੀ ਸੁਚੇਤ ਹੋਣੇ ਚਾਹੀਦੇ ਆ ਥੋੜਾ ਜਿਹਾ ਵੀ ਖਤਰਾ ਹੋਵੇ ਤਾਂ ਜੰਗਲੀ ਜਾਨਵਰ ਇੰਨਾ ਤੇ ਅਟੈਕ ਕਰ ਸਕਦਾ ਆ ਅਲਰਟ ਰਹਿਣ ਦੀ ਲੋੜ ਹੁੰਦੀ ਆ ਤੇ ਕਾਫੀ ਦਿਮਾਗ ਲਾਉਣਾ ਪੈਂਦਾ ਆ ਠੀਕ ਹੈ ਜੀ ਪੌਦਿਆਂ ਦੀ ਪੈਦਾਵਾਰ ਨੂੰ ਇਕੱਠਾ ਕਰਨ ਲਈ ਤੁਹਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਕਿਹੜੇ ਪੌਦੇ ਜਾਂ ਪੌਦਿਆਂ ਦੇ ਹਿੱਸੇ ਖਾਣ ਯੋਗ ਹਨ ਹੁਣ ਜੇ ਤੁਸੀਂ ਪੌਦਿਆਂ ਤੋਂ ਭੋਜਨ ਲੈਣਾ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਈ ਵੀ ਕਿਹੜਾ ਹਿੱਸਾ ਖਾਣ ਵਾਲਾ ਆ ਕਿਤੇ ਕੋਈ ਜ਼ਹਿਰੀਲਾ ਤਾਂ ਨਹੀਂ ਕਿਉਂਕਿ ਇੱਕ ਗਲਤੀ ਹੋਈ ਨਹੀਂ ਬੰਦਾ ਚੜਾਈ ਕਰ ਗਿਆ। ਯਾਨੀ ਕਿ ਕਿਹੜੇ ਹਿੱਸੇ ਖਾਦੇ ਜਾ ਸਕਦੇ ਹਨ ਕਿਉਂਕਿ ਬਹੁਤ ਸਾਰੇ ਜ਼ਹਿਰੀਲੇ ਵੀ ਹੋ ਸਕਦੇ ਹਨ। ਪੱਤੇ, ਜੜ੍ਹਾਂ ਹਨਾ ਫਲ ਇਹਨਾਂ ਦੇ ਫਲ ਜ਼ਹਿਰੀਲੇ ਵੀ ਹੋ ਸਕਦੇ ਆ ਇਸ ਲਈ ਬੜਾ ਧਿਆਨ ਰੱਖਣਾ ਪੈਂਦਾ ਸੀ। ਤਾਂ ਮੈਂ ਗੱਲ ਦੱਸਦਾ ਇੱਕ ਨਾ ਰੀਅਲ ਸਟੋਰੀ ਆ ਜੁਗਨ ਦਾ ਇੱਕ ਬੰਦਾ ਆ ਉਹ ਇਸੇ ਤਰ੍ਹਾਂ ਹੀ ਨਾ ਸ਼ਹਿਰ ਨੂੰ ਛੱਡ ਕੇ ਜੰਗਲਾਂ ਵਿੱਚ ਰਹਿਣ ਲੱਗ ਗਿਆ। ਤੇ ਮੀਨ ਉਹ ਕਹਿੰਦਾ ਮੈਂ ਥੋੜਾ ਇੰਡੀਪੈਂਡੈਂਟ ਰਹਿਣਾ ਚਾਹੁੰਦਾ ਆ ਮੇਰੇ ਦਿਮਾਗ ਤੇ ਬੋਝ ਨਾ ਹੋਵੇ। ਪਰ ਉਹ ਉਹ ਰਿਆ ਵੀ ਸਹੀ ਟੰਗ ਨਾਲ ਪਰ ਉਹਦੀ ਇੱਕ ਗਲਤੀ ਉਹਨੇ ਇੱਕ ਜਿਹੜੀ ਇੱਕ ਇਸ ਤਰ੍ਹਾਂ ਦੀ ਜੜੀ ਬੂਟੀ ਖਾ ਲਈ ਜਿਹੜੀ ਕਿ ਜਰੀਲੀ ਹੁੰਦੀ ਸੀ ਤੇ ਉਹ ਮਰ ਗਿਆ ਇਹ ਰੀਅਲ ਸਟੋਰੀ ਹੈ ਹੁਣ ਤੁਸੀਂ ਸੋਚ ਸਕਦੇ ਆ ਕਿ ਪੁਰਾਣੇ ਜ਼ਮਾਨੇ ਵਿੱਚ ਤਾਂ ਹੋਰ ਇਦਾਂ ਦੇ ਖਤਰੇ ਜ਼ਿਆਦਾ ਹੁੰਦੇ ਹੋਣਗੇ ਠੀਕ ਹੈ ਜੀ ਤੁਹਾਨੂੰ ਇਹ ਵੀ ਪਤਾ ਕਰਨ ਦੀ ਲੋੜ ਹੈ ਕਿ ਫਲ ਕਦੋਂ ਪੱਕਦੇ ਹਨ ਕਿਹੜੇ ਸੀਜ਼ਨ 'ਚ ਫਲ ਪੱਕਦੇ ਹਨ ਇਹ ਸਾਰੀ ਨੌਲੇਜ ਚਾਹੀਦੀ ਆ ਠੀਕ ਹੈ ਕੱਟੋ-ਕੱਟ ਚਾਰ ਕਾਰਨ ਹੈ ਹਨ ਕਿ ਸ਼ିକਾਰੀ ਇੱਕ ਥਾਂ ਤੋਂ ਦੂਜੀ ਥਾਂ ਕਿਉਂ ਜਾਂਦੇ ਸਨ ਕਿਉਂ ਜਾਂਦੇ ਸੀ ਸ਼ਿਕਾਰੀ ਦੇਖ ਲੈਣੇ ਕੁਝ ਕਾਰਨ ਤਿੰਨ ਕਾਰਨ ਚਾਰ ਕਾਰਨ ਪੰਜ ਕਾਰਨ ਇਹ ਤੁਸੀਂ ਯਾਦ ਨਹੀਂ ਰੱਖਣੇ ਮੈਨ ਮੈਨ ਕਾਰਨ ਯਾਦ ਪੜ੍ਹ ਲੈਣੇ ਆ ਕਰ ਲੈਣੇ ਆ ਪੜ੍ਹ ਲੈਣੇ ਆ ਇੱਕ ਥਾਂ ਤੇ ਉਪਲਬਧ ਪੌਦੇ ਅਤੇ ਜਾਨਵਰਾਂ ਦੇ ਸਰੋਤ ਖਤਮ ਹੋ ਸਕਦੇ ਹਨ ਠੀਕ ਹੈ ਜੀ ਇੱਕ ਥਾਂ ਤੇ ਤੁਸੀਂ ਪੌਦੇ ਤੇ ਜਾਨਵਰਾਂ ਨੂੰ ਖਾਈ ਜਾਓ ਤਾਂ ਉਹ ਤਾਂ ਮੁੱਕ ਜਾਣੇ ਆ ਇਸ ਲਈ ਦੂਜੀ ਥਾਂ ਜਾਓ ਜਾਨਵਰ ਖੁਦ ਛੋਟੇ ਸ਼ਿਕਾਰ ਦੀ ਭਾਲ ਵਿੱਚ ਜਾਂ ਹਿਰਨ ਅਤੇ ਜੰਗਲੀ ਪਸ਼ੂਆਂ ਦੇ ਮਾਮਲੇ ਵਿੱਚ ਕਾ ਅਤੇ ਪੱਤਿਆਂ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਨ ਕੋਈ ਜਾਨਵਰ ਆ ਉਹ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਦੂਜੀ ਥਾਂ ਚੱਲ ਗਿਆ ਪਿੱਛੇ-ਪਿੱਛੇ ਇਨਸਾਨ ਵੀ ਚੱਲ ਗਿਆ ਤਾਂ ਕੁਝ ਜਾਨਵਰਾਂ ਜਿਹੜੇ ਕਾ ਖਾਂਦੇ ਆ ਤਾਂ ਜਿੱਥੇ ਕਾ ਆ ਉਹ ਉੱਥੇ ਚੱਲ ਗਏ ਤਾਂ ਪਿੱਛੇ-ਪਿੱਛੇ ਬੰਦਾ ਵੀ ਚੱਲ ਗਿਆ ਇਸ ਲਈ ਉਹਨਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਉਹਨਾਂ ਦੇ ਪਿੱਛੇ-ਪਿੱਛੇ ਚੱਲਣਾ ਪਿਆ ਇਹ ਕਾਰਨ ਹੋ ਗਿਆ ਪੌਦੇ ਅਤੇ ਰੁੱਖ ਵੱਖ-ਵੱਖ ਮੌਸਮਾਂ ਵਿੱਚ ਫਲ ਦਿੰਦੇ ਹਨ। ਕੋਈ ਇੱਕ ਮੌਸਮ ਚ ਦਿੰਦਾ ਕੋਈ ਦੂਸਰੇ ਚ ਦਿੰਦਾ ਇਸ ਕਰਕੇ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਿਆ ਜਾ ਸਕਦਾ। ਇਸ ਲਈ ਲੋਕ ਵੱਖ-ਵੱਖ ਕਿਸਮਾਂ ਦੇ ਪੌਦਿਆਂ ਦੀ ਪਾਲ ਵਿੱਚ ਇੱਕ ਮੌਸਮ ਤੋਂ ਦੂਜੇ ਮੌਸਮ ਵਿੱਚ ਚਲੇ ਜਾਂਦੇ ਸਨ। ਇਹ ਵੀ ਕਾਰਨ ਹੋ ਗਿਆ। ਲੋਕਾਂ ਨੇ ਜਾਂ ਲੋਕਾਂ ਨੇ ਪੌਦਿਆਂ ਅਤੇ ਜਾਨਵਰਾਂ ਨੂੰ ਜਿਉਂਦੇ ਰਹਿਣ ਲਈ ਹਨਾ ਪਾਣੀ ਦੀ ਵਿਵਸਥਾ ਵੀ ਕਰਨੀ ਹੁੰਦੀ ਸੀ। ਜાં ਕੁਦਰਤੀ ਪਾਣੀ ਤੇ ਡਿਪੈਂਡ ਹੁੰਦੇ ਆ ਇਹ ਸਾਰੇ ਕੌਣ ਲੋਕ, ਪੌਦੇ, ਜਾਨਵਰ ਲੋਕਾਂ, ਪੌਦਿਆਂ ਅਤੇ ਜਾਨਵਰਾਂ ਨੂੰ ਜਿਉਂਦੇ ਰਹਿਣ ਲਈ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਝੀਲਾਂ ਅਤੇ ਨਦੀਆਂ ਵਿੱਚ ਪਾਇਆ ਜਾਂਦਾ ਹੈ। ਜਦੋਂ ਕਿ ਬਹੁਤ ਸਾਰੀਆਂ ਨਦੀਆਂ ਅਤੇ ਝੀਲਾਂ ਸਦੀਵੀ ਹਨ, ਸਾਲਵਾਰ ਪਾਣੀ ਦਿੰਦਾ ਭਾਵੇਂ ਪਰ ਬਾਕੀ ਵਿੱਚ ਕੀ ਆ ਮੌਸਮੀ ਤੇ ਜਿੱਥੇ-ਜਿੱਥੇ ਮੌਸਮ ਦੇ ਹਿਸਾਬ ਨਾਲ ਮੀਂਹ ਪੈ ਗਿਆ ਉਥੇ ਉਹ ਤਲਾਬ ਭਰ ਗਏ, ਝੀਲਾਂ ਭਰ ਗਈਆਂ ਤੇ ਫਿਰ ਉਹਦੇ ਨੇਰੇ ਤੇਰੇ ਕੀ ਆ ਰਹਿਣ ਲੱਗ ਜਾਂਦੇ ਸੀ ਜਿੱਥੇ ਸੁੱਕ ਗਏ ਫਿਰ ਉੱਥੋਂ ਦੂਜੀ ਥਾਂ ਚੱਲ ਜਾਂਦੇ ਸੀ ਉਹਨਾਂ ਦੇ ਕੰਡਿਆਂ ਤੇ ਰਹਿਣ ਵਾਲੇ ਲੋਕਾਂ ਨੂੰ ਖੁਸ਼ਕ ਪਾਉ ਸਰਦੀਆਂ ਅਤੇ ਗਰਮੀਆਂ ਦੌਰਾਨ ਪਾਣੀ ਦੀ ਪਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਸੀ ਇਹ ਗੱਲਾਂ ਹੋ ਗਈਆਂ ਇਸ ਤੋਂ ਇਲਾਵਾ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯਾਤਰਾ ਕਰਦੇ ਸਨ ਯਾਤਰਾ ਮਿਲਮਲਾਪ ਲਈ ਅੱਜ ਵੀ ਅਸੀਂ ਰਿਸ਼ਤੇਦਾਰਾਂ ਨੂੰ ਜਾਣਦੇ ਆ ਉਹ ਵੀ ਜਾਂਦੇ ਸੀ ਯਾਦ ਰੱਖੋ ਉਹ ਪੈਦਲ ਯਾਤਰਾ ਕਰਦੇ ਸਨ ਇਹ ਸ਼ੁਰੂਆਤ ਤੇ ਹੰਟਰ ਗੈਦਰਰਸ ਦੀ ਗੱਲ ਹੋ ਰਹੀ ਹੈ ਉਹਨਾਂ ਕੋਲ ਕੋਈ ਨਾ ਕੋਈ ਜ਼ਿਆਦਾ ਸਾਧਨ ਨਹੀਂ ਸੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਪੈਦਲ ਹੀ ਤੁਰੇ ਰਹਿੰਦੇ ਸੀ ਅਸੀਂ ਇਹਨਾਂ ਲੋਕਾਂ ਬਾਰੇ ਕਿਵੇਂ ਜਾਣਦੇ ਹਾਂ ਹੁਣ ਪ੍ਰਸ਼ਨ ਆਉਂਦਾ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਵੀ ਇਹ ਲੋਕ ਕਿਸ ਤਰ੍ਹਾਂ ਰਹਿੰਦੇ ਸੀ ਕੀ ਖਾਂਦੇ ਸੀ ਕੀ ਇਹਨਾਂ ਦਾ ਲਾਈਫ ਸਟਾਈਲ ਸੀ ਦੇਖਦੇ ਹਾਂ ਜੀ ਜਿਹੜੇ ਪੁਰਾਤੱਤਵ ਵਿਗਿਆਨੀ ਹੁੰਦੇ ਨਾ ਜਿਹੜੇ ਬੀਤੇ ਦੇ ਸਮੇਂ ਦੀ ਖੋਜ ਕਰਦੇ ਆ ਪ੍ਰਾਤਤਵ ਉਹਨਾਂ ਦੇ ਉਹਨਾਂ ਦੇ ਬਚੇ ਹੋਏ ਅਵਸ਼ੇਸ਼ਾਂ ਤੋਂ ਜੋ ਕੁਝ ਉਸ ਸਮੇਂ ਦਾ ਬਚਿਆ ਹੋਇਆ ਸਮਾਨ ਹੈ ਉਹਨਾਂ ਨੂੰ ਸਟੱਡੀ ਕਰਕੇ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਸਮੇਂ ਦੇ ਲੋਕ ਕਿਸ ਤਰ੍ਹਾਂ ਰਹਿੰਦੇ ਹੋਣਗੇ ਪ੍ਰਾਤਤਵ ਆਰਕੀਓਲੋਜਿਸਟ ਪ੍ਰਾਤਤਵ ਵਿਗਿਆਨੀਆਂ ਨੇ ਸ਼ਿਕਾਰੀਆਂ ਦੁਆਰਾ ਬਣਾਈਆਂ ਅਤੇ ਵਰਤੀਆਂ ਗਈਆਂ ਕੁਝ ਚੀਜ਼ਾਂ ਲੱਭੀਆਂ ਹਨ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਉਂਦੇ ਸਨ ਉਹਨਾਂ ਨੂੰ ਕਿਸ ਤਰ੍ਹਾਂ ਵਰਤਦੇ ਸਨ ਇਹ ਸਭ ਚੀਜ਼ਾਂ ਉਹਨਾਂ ਨੇ ਜਿਹੜੀ ਜਿਹੇ ਚੀਜ਼ਾਂ ਬਣਾਉਂਦੇ ਤੇ ਵਰਤਦੇ ਸਨ ਉਹ ਕੁਝ ਮਿਲੀਆਂ ਆਂ ਜਿਸ ਤਰ੍ਹਾਂ ਉਹਨਾਂ ਦੇ ਹਥਿਆਰ ਵਗੈਰਾ ਹੋ ਗਏ ਇਹ ਸੰਭਾਵਨਾ ਹੈ ਕਿ ਲੋਕਾਂ ਨੇ ਪੱਥਰ ਲੱਕੜ ਅਤੇ ਹੱਡੀਆਂ ਦੇ ਸੰਦ ਬਣਾਏ ਅਤੇ ਵਰਤੇ ਜਿਨ੍ਹਾਂ ਵਿੱਚੋਂ ਪੱਥਰ ਦੇ ਸੰਦ ਸਭ ਤੋਂ ਵਧੀਆ ਬਚੇ ਹਨ ਦੇਖੋ ਉਸ ਸਮੇਂ ਉਹ ਬੇਸਿਕਲੀ ਹੰਟਰ ਗੈਦਰਰ ਸੀ ਤਾਂ ਉਹਨਾਂ ਨੇ ਆ ਪੱਥਰ ਵਗੈਰਾ ਯੂਜ਼ ਕਰਕੇ ਜਾਂ ਲੱਕੜੀ ਜਾਂ ਹੱਡੀਆਂ ਯੂਜ਼ ਕਰਕੇ ਜਾਨਵਰਾਂ ਨੂੰ ਮਾਰਨਾ ਹੁੰਦਾ ਸੀ ਪੇੜਾਂ ਦੀ ਛਾਲ ਲਾਉਣੀ ਹੁੰਦੀ ਸੀ ਤਾਂ ਫਿਰ ਹਾ ਹਾ ਇਹੋ ਚੀਜ਼ਾਂ ਬਚੀਆਂ ਅਸੀਂ ਉਹਨਾਂ ਦੀ ਸਟੱਡੀ ਕਰ ਲੈਨੇ ਆ ਹੁਣ ਇਹ ਆ ਕਿ ਸੰਧ ਭਾਵੇਂ ਪੱਥਰ ਲੱਕੜ ਤੇ ਹੱਡੀਆਂ ਦੇ ਬਣੇ ਸੀ ਪਰ ਲੱਕੜ ਤੇ ਹੱਡੀਆਂ ਦੇ ਸੰਧ ਐਨੇ ਨਹੀਂ ਬਚੇ ਅੱਜ ਦੇ ਦੌਰ ਤੱਕ ਕਿੰਨਾ 2 ਲੱਖ ਹਨਾ ਸਮਾਂ ਆ ਸਾਲਾਂ ਦਾ ਤੇ ਉਹ ਹੁਣ ਤੱਕ ਕੀ ਆ ਇਹ ਨਸ਼ਟ ਹੋ ਗਏ ਕਾਫੀ ਨਸ਼ਟ ਹੋ ਗਏ ਆ ਪੱਥਰ ਵਾਲੇ ਸੰਧ ਬਚੇ ਆ ਤੇ ਇਹਨਾਂ ਨੂੰ ਅਸੀਂ ਸਟੱਡੀ ਕਰਦੇ ਆ ਇਹਨਾਂ ਨੂੰ ਲੱਭ ਕੇ ਸਟੱਡੀ ਕਰਦੇ ਆ ਤਾਂ ਫਿਰ ਹਿਸਟਰੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਵਿੱਚੋਂ ਕੁਝ ਪੱਥਰ ਦੇ ਸੰਧਾਂ ਦੀ ਵਰਤੋਂ ਮਾਸ ਅਤੇ ਹੱਡੀਆਂ ਨੂੰ ਕੱਟਣ ਸੱਕ ਮਤਲਬ ਰੁੱਖਾਂ ਤੋਂ ਰੁੱਖਾਂ ਤੋਂ ਸੱਕ ਨੂੰ ਲਾਉਣ ਲਈ ਅਤੇ ਜਾਨਵਰਾਂ ਦੀ ਚੰਬੜੀ ਭਾਵ ਖੱਲ ਨੂੰ ਲਾਉਣ ਲਈ ਵਰਤੀ ਜਾਂਦੇ ਸਨ ਤੇ ਨਾਲ ਨਾਲ ਫਲ ਅਤੇ ਜੜ੍ਹਾਂ ਨੂੰ ਕੱਟਣ ਲਈ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਆ ਸੀ ਮੇਨ ਮੇਨ ਪਰ ਜੋ ਉਪਯੋਗ ਜੂਸ ਇਨਾਂ ਸੰਦਾਂ ਦਾ ਹੋ ਸਕਦਾ ਹੈ ਕਿ ਕੁਝ ਹੱਡੀਆਂ ਜਾਂ ਲੱਕੜ ਦੇ ਹੈਂਡਲ ਨਾਲ ਜੁੜੇ ਹੋਏ ਹੋਣ ਤਾਂ ਜੋ ਸ਼ਿਕਾਰ ਲਈ ਵਰਸ਼ੇ ਅਤੇ ਤੀਰ ਬਣਾਏ ਜਾ ਸਕਦੇ ਹਨ ਕੁਝ ਕੁਝ ਲੱਕੜੀਆਂ ਜਾਂ ਹੱਡੀਆਂ ਉਹਨਾਂ ਨੂੰ ਥੋੜਾ ਤਿੱਖਾ ਕਰਕੇ ਇੱਕ ਵੱਡੇ ਜਿਹੜੇ ਸੌਰੀ ਉਹ ਪੱਥਰ ਵਗੈਰਾ ਨੂੰ ਕੀ ਕਰਦੇ ਸੀ ਹੱਡੀਆਂ ਲੰਮੀਆਂ ਹੱਡੀਆਂ ਜਾਂ ਲੰਬੀ ਲੱਕੜ ਦੀ ਕਿਸੇ ਸੋਟੀ ਨਾਲ ਬੰਨ ਕੇ ਵਰਸ਼ਾ ਵਗੈਰਾ ਵਧੀਆ ਹਥਿਆਰ ਬਣਾ ਲਏ ਜਾਂਦੇ ਸਨ ਇਸ ਤਰ੍ਹਾਂ ਦੀ ਗੱਲਾਂ ਵੀ ਹੋ ਸਕਦੀਆਂ ਹੋਰ ਸੰਦਾਂ ਦੀ ਵਰਤੋਂ ਲੱਕੜ ਨੂੰ ਕੱਟਣ ਲਈ ਵੀ ਕੀਤੀ ਜਾਂਦੀ ਸੀ ਜੋ ਵਾਲਣ ਵਰਤੋਂ ਵਰਤੀ ਜਾਂਦੀ ਸੀ ਲੱਕੜ ਵਗੈਰਾ ਕੱਟਣੀ ਠੀਕ ਹੈ ਜੀ ਚੌਂਪੜੀਆਂ ਤੇ ਸੰਧ ਬਣਾਉਣ ਲਈ ਵੀ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ ਠੀਕ ਹੈ ਲੱਕੜ ਦਾ ਵੀ ਕਾफी ਪ੍ਰਯੋਗ ਸੀ ਪੱਥਰ ਦੇ ਔਜ਼ਾਰ ਇਹਨਾਂ ਲਈ ਵੀ ਵਰਤੇ ਜਾ ਸਕਦੇ ਸਨ ਕਿੰਨਾਂ ਲਈ ਆ ਦੇਖੋ ਸਿਰਫ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਨਹੀਂ ਹੋਰ ਹੋਰ ਕੰਮਾਂ ਲਈ ਵੀ ਵਰਤੇ ਜਾਂਦੇ ਸੀ ਦੇਖੋ ਕਿਹੜੇ-ਕਿਹੜੇ ਆ ਦੇਖੋ ਇੱਕ ਫੋਟੋ ਇਹਦੇ ਵਿੱਚ ਨਾ ਮਿੱਟੀ ਦੀ ਖੁਦਾਈ ਹੋ ਕੀਤੀ ਜਾ ਰਹੀ ਹੈ ਪੱਥਰ ਨਾਲ ਤਾਂ ਕਿ ਥੱਲਿਓਂ ਪੇੜ ਦੀ ਸਾਫਟ ਜੜਾਂ ਨੂੰ ਠੀਕ ਬਾਹਰ ਕੱਢਿਆ ਜਾ ਸਕਦਾ ਹੋਵੇ ਇਤੋਂ ਕੋਈ ਹਨਾ ਉਹ ਜੜਾਂ ਨੂੰ ਖਾਣ ਲਈ ਇਸ ਤਰ੍ਹਾਂ ਦਾ ਪੱਥਰ ਤਿਆਰ ਕੀਤਾ ਜਾਂਦਾ ਸੀ ਠੀਕ ਆ ਦੇਖੋ ਇੱਕ ਪੱਥਰ ਆ ਉਹਦੇ ਉੱਤੇ ਦੂਜਾ ਪੱਥਰ ਮਾਰ ਮਾਰ ਕੇ ਮਾਰ ਮਾਰ ਕੇ ਨਾ ਇਹਦੇ ਉੱਤੋਂ ਦੀ ਪਰਤਾਂ ਲਾ ਲਾ ਕੇ ਇਹ ਪੱਥਰ ਨੂੰ ਤਿੱਖਾ ਬਣਾ ਲਿਆ ਜਾਂਦਾ ਹੋਵੇਗਾ ਇਸ ਤਰ੍ਹਾਂ ਆ ਦੂਸਰਾ ਦੇਖੋ ਜੀ ਫੋਟੋ ਇਹ ਆ ਜੀ ਕਿਸੇ ਜਾਨਵਰ ਦੀ ਖਾਲ ਆ ਤੇ ਖਾਲ ਦੇ ਉੱਤੇ ਪੱਥਰ ਨਾਲ ਕੀ ਆ ਸੁਰਾਖ ਕੀਤਾ ਜਾ ਰਿਹਾ ਆ ਹੁਣ ਜਿਹੜਾ ਸੋਚੋ ਸੁਰਾਖ ਕਿ ਇਸ ਲਈ ਕੀਤਾ ਜਾਪਾ ਜਾਂਦਾ ਹੋਵੇਗਾ ਕੁਝ ਨਾ ਕੁਝ ਛੋਟਾ ਧਾਗਾ ਮੋਟਾ ਧਾਗਾ ਜਾਂ ਰੱਸੀ ਵਗੈਰਾ ਇੱਥੇ ਪਾ ਕੇ ਇਹਨਾਂ ਨੂੰ ਸੀ ਹਨਾ ਸੀਤਾ ਜਾਂਦਾ ਹੋਵੇਗਾ ਕੁਝ ਨਾ ਕੁਝ ਬਣਾਇਆ ਜਾਂਦਾ ਹੋਵੇਗਾ ਆ ਦੇਖ ਲਓ ਖਾਣ ਜੋਗ ਜਣਾ ਨੂੰ ਇਕੱਠਾ ਕਰਨ ਲਈ ਜ਼ਮੀਨ ਦੀ ਖੁਦਾਈ ਕਰਨਾ ਪੱਥਰਾਂ ਦੁਆਰਾ ਆ ਫੋਟੋ ਹੋ ਗਈ ਜਾਨਵਰ ਦੀ ਖਲ ਤੋਂ ਬਣੇ ਕੱਪੜੇ ਦੀ ਸਲਾਈ ਆ ਖਲ ਤੋਂ ਬਣਿਆ ਕੱਪੜਾ ਤੇ ਉਹਦੀ ਸਲਾਈ ਕਰਨ ਲਈ ਪੱਥਰਾਂ ਦਾ नुकीਲੇ ਪੱਥਰਾਂ ਦਾ ਉਪਯੋਗ ਕੀਤਾ ਜਾਂਦਾ ਸੀ ਇਹ ਸਾਰੇ ਕੀ ਆ ਇਹ ਅਸੀਂ ਗੱਲਾਂ ਬਣਦੇ ਪਏ ਆ ਉਹਨਾਂ ਦੇ ਸੰਦਾਂ ਦਾ ਕੀ ਕੀ ਉਪਯੋਗ ਸੀ ਕੀ ਕੀ ਉਪਯੋਗ ਉਹ ਕਰਦੇ ਸੀ ਅੱਗੇ ਦੇਖੋ ਜੀ ਆਹ ਨਕਸ਼ਾ ਬੜਾ ਇੰਪੋਰਟੈਂਟ ਆ ਆ ਬਾਰ ਬਾਰ ਅਸੀਂ ਰੈਫਰ ਕਰਾਂਗੇ ਆ ਦੇਖੋ ਪੈਲੀਓlithic ਇਹ ਜਿਹੜਾ ਪੁਰਾਣਾ ਸਮਾਂ ਸੀ ਨਾ ਅੱਗੇ ਅਸੀਂ ਪੜਾਂਗੇ ਪਹਿਲਾਂ ਵੀ ਪੜਿਆ ਆ ਇਹ ਪੁਰਾਣੇ ਸਮੇਂ ਨੂੰ ਅਸੀਂ ਨਾ ਤਿੰਨ ਹਿੱਸਿਆਂ ਚ ਵੰਡ ਦਿੰਦੇ ਆ ਜਦੋਂ ਪੱਥਰ ਦੇ ਔਜ਼ਾਰ ਯੂਜ਼ ਕੀਤੇ ਜਾਂਦੇ ਸੀ ਨਾ ਲਿਥਿਕ ਲਿਥਿਕ ਹੁੰਦਾ ਲਿੱਥ ਪੱਥਰ ਤੇ ਇੱਕ ਹੁੰਦਾ ਜੀ ਪੈਲੀਓ ਉਹਨੂੰ ਕਹਿੰਦੇ ਜੀ ਪੁਰਾਣਾ ਪੱਥਰ ਯੁੱਗ ਇੱਕ ਹੁੰਦਾ ਮੀਜ਼ੋ ਜਿਹਨੂੰ ਕਹਿੰਦੇ ਵਿਚਕਾਰਲਾ ਪੱਥਰ ਯੁੱਗ ਇੱਕ ਹੁੰਦਾ ਜੀ ਨੀਓ ਮਤਲਬ ਨਵਾਂ ਪੱਥਰ ਯੁੱਗ ਆ ਕੁਝ ਕੁ ਸਾਈਟਾਂ ਆ ਐਸੀ ਬਾਰ-ਬਾਰ ਇਸ ਨਕਸ਼ੇ ਨੂੰ ਰੈਫਰ ਕਰਾਂਗੇ ਪਰ ਇੱਥੇ ਅਸੀਂ ਨਾ ਦੋ ਕੁ ਸਾਈਟਾਂ ਹੀ ਚੱਕਣੀਆਂ ਸਭ ਤੋਂ ਪੁਰਾਣੀਆਂ ਵਾਲੀਆਂ ਪੈਲੀਓ ਲਿਥਿਕ ਸਾਈਟਸ ਸੈਂਟਰ ਵਿੱਚ ਆ ਜੀ ਮੱਧ ਪ੍ਰਦੇਸ਼ ਉੱਥੇ ਹੈ ਜੀ ਬਿੰਬੇਟਕਾ ਬਿੰਬੇਟਕਾ ਦੀਆਂ ਗੁਫਾਵਾਂ ਇਹ ਬਹੁਤ ਪ੍ਰਸਿੱਧ ਸਾਈਟ ਆ बंबेडकर दुफाव कि जी मध्य प्रदेश इतने साइट्स सा आ पैलियोलिथिक सब तो पुरानी साइट पैलियो हो वाली होर तिकोने जो आ देखो जी आ दिया दुफाव इधर ये हो गया धा हैदराबाद साइड आंसकी करनाटका हो गया जी सारे की आ लाल तिकोण वाले ये पैलियोलिथिक साइट्स सा। आह नीले डब्बे वाले देख लो न्योलिथिक साइट न्योलिथिक साइट में ना ਅਸੀਂ ਅੱਜ ਵੀ ਸਿਰਫ ਇਹਦੀ ਗੱਲ ਕਰਾਂਗੇ ਮਹਿਰਗੜ ਦੀ ਨਿਉਲੀਥਿਕ ਅਸੀਂ ਅੱਗੇ ਪੜ੍ਹਾਂਗੇ ਕਿ ਨਿਉਲੀਥਿਕ ਵਿੱਚ ਅਨਾਜ ਉਗਾਉਣਾ ਸ਼ੁਰੂ ਹੋ ਗਿਆ ਸੀ ਤੇ ਉਹ ਅਨਾਜ ਅਨਾਜ ਉਗਾਉਣ ਦੀ ਸਭ ਤੋਂ ਪਹਿਲੀ ਸਾਈਟ ਕਿਹੜੀ ਆ ਜਗ੍ਹਾ ਕਿਹੜੀ ਆ ਮਹਿਰਗੜ ਇਹ ਮਹਿਰਗੜ ਤੁਹਾਡਾ ਨਾ ਆ ਜਾ ਕੇ ਅੱਜ ਦੇ ਅਫਗਾਨਿਸਤਾਨ ਵਿੱਚ ਆ ਤੇ ਉਸ ਸਮੇਂ ਤਾਂ ਜੇ ਆਹ ਸਾਰਾ ਇੰਡੀਅਨ ਸਬਕਾਂਟਿਨੈਂਟ ਹੀ ਆ ਨਾ ਆ ਸਾਰਾ ਤਾਂ ਮਹਿਰਗੜ ਸਾਈਟ ਬੜੀ ਇੰਪੋਰਟੈਂਟ ਆ ਅਨਾਜ ਲਈ ਠੀਕ ਆ ਜੀ ਬਹੁਤ ਸਾਰੀਆਂ ਸਾਈਟਾਂ ਪਾਣੀ ਦੇ ਸਰੋਤਾਂ ਜਿਵੇਂ ਕਿ ਨਦੀਆਂ ਅਤੇ ਛੀਲਾਂ ਦੇ ਨੇੜੇ ਸਥਿਤ ਹਨ ਕਿਉਂਕਿ ਪੱਥਰ ਦੇ ਸੰਦ ਮਹੱਤਵਪੂਰਨ ਸਨ ਇਸ ਲਈ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਉਹ ਸਥਾਨ ਲੱਭੀਏ ਜਿੱਥੇ ਚੰਗੀ ਕੁਆਲਿਟੀ ਦਾ ਪੱਥਰ ਆਸਾਨੀ ਨਾਲ ਉਪਲਬਧ ਸੀ ਕਹਿਣ ਦਾ ਮਤਲਬ ਰਹਿਣ ਦਾ ਤਾਂ ਕਿਹੜਾ ਹੋਇਆ ਪਾਣੀ ਦੇ ਸਰੋਤ ਲੱਗੇ ਤੇ ਚੰਗੇ ਪੱਥਰਾਂ ਦੇ ਸਰੋਤ ਲੱਗੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਜੀ ਬਿੰਬੇਟਕਾ ਅਸੀਂ ਹੁਣੀ ਪੜਿਆ ਬਿੰਬੇਟਕਾ ਮੱਧ ਪ੍ਰਦੇਸ਼ ਵਿੱਚ ਸੈਂਟਰਲ ਇੰਡੀਆ ਵਿੱਚ ਪਹਿਲੀ ਉਹ ਲਿਥਿਕ ਸਾਈਟ ਹੈ ਜੀ ਇਹ ਅਜੋਕੇ ਮੱਧ ਪ੍ਰਦੇਸ਼ ਵਿੱਚ ਆ ਦੇਖੋ ਜੀ ਇਸ ਤਰ੍ਹਾਂ ਦੀਆਂ ਗੁਫਾਵਾਂ ਮਿਲੀਆਂ ਇਸ ਤਰ੍ਹਾਂ ਦੀਆਂ ਗੁਫਾਵਾਂ ਮਿਲੀਆਂ ਆ ਇੱਥੇ ਉਹ ਆਦੀ ਮਾਨਵ ਰਹਿੰਦਾ ਸੀ ਆਪਣੇ ਪਰਿਵਾਰ ਸਮੇਤ ਹੰਟਰ ਗੈਦਰਰ ਜਿਹੜੇ ਲੋਕ ਸੀ ਤੇ ਇੱਥੇ ਅੰਦਰ ਬਹੁਤ ਸੋਹਣੀਆਂ ਚਿੱਤਰਕਾਰੀਆਂ ਵੀ ਮਿਲੀਆਂ ਇਹਨਾਂ ਨੇ ਉਹ ਚਿੱਤਰਕਾਰੀਆਂ ਦੱਸਦੀਆਂ ਵੀ ਇਹ ਲੋਕ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸੀ ਸੋਸ਼ਲ ਲਾਈਫ ਕਿਸ ਤਰ੍ਹਾਂ ਦੀ ਸੀ ਖਾਣ ਪੀਣ ਲਈ ਕੀ ਕਰਦੇ ਸੀ ਕਿਤੇ ਜਾਨਵਰ ਦਾ ਸ਼ਿਕਾਰ ਕਰਦੇ ਦੀ ਪੇਂਟਿੰਗ ਆ ਕਿਤੇ ਨੱਚਣ ਗਾਉਣ ਦੀ ਪੇਂਟਿੰਗ ਆ ਇਸ ਤਰ੍ਹਾਂ ਦੀਆਂ ਪੇਂਟਿੰਗ ਕੁਛ ਇੰਨੀਆ ਉਹ ਨਹੀਂ ਹੈਗੀਆਂ ਕਿ ਬਿਲਕੁਲ ਪੇਂਟ ਦਾ ਯੂਜ਼ ਕਰਕੇ ਮਤਲਬ ਬਹੁਤ ਸੋਹਣੀਆਂ ਸੋਹਣੀਆਂ ਨਹੀਂ ਜੋ ਇਹਨਾਂ ਦੇ ਮਨ ਚ ਆਇਆ ਇਹਨਾਂ ਨੇ ਆਪਣੇ ਭਾਵ ਪ੍ਰਗਟ ਕਰਤੇ ਪਰ ਫਿਰ ਵੀ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਸਾਲ ਬਾਅਦ ਵੀ ਉਹ ਪੇਂਟਿੰਗਸ ਹੱਲੇ ਵੀ ਅਸੀਂ ਦੇਖ ਸਕਦੇ ਹਾਂ ਦੇਖਦੇ ਹਾਂ ਜੀ ਥੋੜਾ ਥੋੜਾ ਪੜ੍ਹਦੇ ਹਾਂ ਇਹ ਗੁਫਾਵਾਂ ਅਤੇ ਚਟਾਨਾਂ ਵਾਲੀ ਇੱਕ ਪੁਰਾਣੀ ਸਾਈਟ ਹੈ ਕੀ ਹੈ ਇੱਥੇ ਗੁਫਾਵਾਂ ਆ ਚਟਾਨਾਂ ਲੋਕਾਂ ਨੇ ਇਹਨਾਂ ਕੁਦਰਤੀ ਗੁਫਾਵਾਂ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਮੀਂਹ ਗਰਮੀ ਅਤੇ ਹਵਾ ਤੋਂ ਬਚਾ ਦਿੰਦੀਆਂ ਸਨ ਇਹ ਪ੍ਰਸ਼ਨ ਆ ਜਾਣਾ ਕਿ ਕੇਵ ਵਿੱਚ ਗੁਫਾਵਾਂ ਵਿੱਚ ਕਿਉਂ ਰਹਿੰਦੇ ਸੀ ਉਹਦਾ ਮੇਨ ਕਾਰਨ ਇਹੀ ਆ ਕਿ ਇੱਕ ਤਾਂ ਰੈਡੀਮੇਡ ਮਿਲ ਗਿਆ ਜੀ ਘਰ ਦੂਸਰਾ ਕੁਦਰਤੀ ਆਫਤਾਵਾ ਮੀਂਹ ਗਰਮੀ ਹਵਾ ਇਹਨਾਂ ਤੋਂ ਸੁਰੱਖਿਆ ਪ੍ਰਦਾਨ ਕਰਦੀਆਂ ਸੀਗੀਆਂ ਇਹ ਗੁਫਾਵਾਂ ਇਹ ਚਟਾਨ ਆਸਰਾ ਇਹ ਚਟਾਨ ਦਾ ਆਸਰਾ ਇਹਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਰੌਕ ਸ਼ੈਲਟਰ ਰੌਕ ਸ਼ੈਲਟਰ ਗੁਫਾਵਾਂ ਵਿੱਚ ਰਹਿਣਾ ਚਟਾਨ ਦਾ ਆਸਰਾ ਨਰਮਦਾ ਘਾਟੀ ਦੇ ਨੇੜੇ ਹਨ ਨਰਮਦਾ ਨਦੀ ਦੇ ਇਲਾਕੇ ਆ ਜੀ ਕੀ ਤੁਸੀਂ ਸੋਚ ਸਕਦੇ ਹੋ ਕਿ ਲੋਕਾਂ ਨੇ ਇੱਥੇ ਰਹਿਣਾ ਕਿਉਂ ਚੁਣਿਆ ਇਸ ਤਰ੍ਹਾਂ ਦੇ ਪ੍ਰਸ਼ਨ ਯੂਪੀਐਸਸੀ ਪੁੱਛ ਲੈਂਦਾ ਜੋ ਐਨਸੀਆਰਟੀ ਵਿੱਚ ਗੱਲ ਲਿਖੀ ਆ ਉਸ ਬਾਰੇ ਤੁਸੀਂ ਸੋਚਣਾ ਆ ਹੁਣ ਸੋਚੋ ਜੀ ਮੇਨ ਕਾਰਨ ਤਾਂ ਆਹੀ ਆ ਕੁਦਰਤੀ ਆਫਤਾਂਵਾਂ ਤੋਂ ਬਚਣਾ ਹਨਾ ਜੰਗਲੀ ਜਾਨਵਰਾਂ ਤੋਂ ਥੋੜਾ ਬਚਣਾ ਇਕੱਠੇ ਰਹਿਣਾ ਗਰੁੱਪ ਚ ਇੱਥੇ ਰੈਡੀਮੇਡ ਘੜ ਮੇਰੇ ਦੇ ਆ ਠੀਕ ਪੱਥਰ ਪੱਥਰਾਂ ਦੇ ਵਿੱਚ ਹੀ ਗੁਫਾਵਾਂ ਵਿੱਚ ਹੀ ਚਟਾਨਾਂ ਵਿੱਚ ਠੀਕ ਹੈ ਜੀ ਆਇਕ ਪੇਂਟਿੰਗ ਆ ਜੀ ਇਹ ਪੇਂਟਿੰਗ ਦੇਖੋ ਜੀ ਜਰਾ ਸੋਚੋ ਸਿੰਪਲ ਉਹਨਾਂ ਨੇ ਲਾਈਨਾਂ ਵਾਹ ਕੇ ਪੇਂਟਿੰਗ ਬਣਾਤੀ ਆ ਤਾਂ ਸਿੱਧੀ ਗੱਲ ਹੋ ਗਈ ਜੀ ਬੰਦਾ ਆ ਠੀਕ ਆ ਕੋਈ ਜਾਨਵਰ ਆ ਤੇ ਜਾਨਵਰ ਆਪਣੀ ਜਾਨ ਬਚਾ ਰਿਹਾ ਤੇ ਬੰਦਾ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਪਿਆ ਇਹ ਪੇਂਟਿੰਗ ਆ ਜੀ ਅਸਲੀ ਪੇਂਟਿੰਗ ਆ ਉਸ ਸਮੇਂ ਦੀ ਤਾਂ ਇਥੋਂ ਇਹੀ ਪਤਾ ਲੱਗਦਾ ਕਿ ਉਹ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਹੰਟਰਸ ਸੀ ਇਹ ਸ਼ਿਕਾਰੀ ਸਨ ਇਹ ਲੋਕ ਫਿਰ ਉਹਨਾਂ ਨੂੰ ਦੇਖੋ ਜੀ ਅੱਗੇ ਗੱਲ ਕਰਦੇ ਆਂ ਅੱਗ ਬਾਰੇ ਪਤਾ ਲੱਗਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਅੱਗ ਆ ਉਹਨੂੰ ਅਸੀਂ ਬਾਲ ਕੇ ਹਨਾ ਇੱਕ ਹੀਟ ਪੈਦਾ ਕਰ ਸਕਦੇ ਆਂ ਸਰਦੀ ਤੋਂ ਬਚਾ ਸਕਦੇ ਆਂ ਪੱਥਰ-ਪੁੱਥਰ ਰਗੜੇ ਨਾਲ ਕਾਹ ਕੋ ਕਿਸ ਤਰ੍ਹਾਂ ਵੀ ਆ ਉਹਨਾਂ ਨੇ ਕੀਤਾ ਰਗੜ ਕੇ ਅੱਗ ਪੈਦਾ ਕਰ ਲਈ ਚੰਗਿਆੜੇ ਪੈਦਾ ਕਰਨ ਲਈ ਗੱਲ ਲਈ ਹਨਾ ਅੱਗ ਲੱਗ ਗਈ ਫਿਰ ਅੱਗ ਦੇ ਫਾਇਦੇ ਵੀ ਸੀ ਇਹਨਾਂ ਨੂੰ ਅੱਗ ਦੇ ਕੀ ਫਾਇਦੇ ਹੋਣਗੇ ਸੋਚੋ ਇੱਕ ਤਾਂ ਰੋਸ਼ਨੀ ਮਿਲਦੀ ਸੀ ਰਾਤ ਨੂੰ ਠੀਕ ਹੈ ਜੀ ਫਿਰ ਇਹ ਆਪਣਾ ਜੰਗਲੀ ਜਾਨਵਰਾਂ ਤੋਂ ਬਚਦੇ ਸੀ ਠੀਕ ਹੈ ਜੀ ਤੇ ਫਿਰ ਹੌਲੀ-ਹੌਲੀ ਇਹਨਾਂ ਨੇ ਖਾਣਾ ਪਕਾਉਣਾ ਵੀ ਸ਼ੁਰੂ ਕਰਤਾ ਅੱਗ ਤੇ ਆਹ ਦੇਖੋ ਜੀ ਆਹ ਕਨੂਲ ਆ ਜੀ ਕਨੂਲ ਹਾਂ ਕਨੂਲ ਪੁਰਾਣੀ ਸਾਈਟ ਆ ਕੀ ਕਹਿੰਦਾ ਜੀ ਕਨੂਲ ਵਾਲੇ ਇੱਥੇ ਸਵਾਹ ਦੇ ਅੰਸ਼ ਮਿਲੇ ਹਨ ਮੀਨ ਉਸ ਸਮੇਂ ਲੱਕੜਾਂ ਬਾਲੀਆਂ ਗਈਆਂ ਸੀ ਸਵਾਹ ਮਿਲੀ ਆ ਜੀ ਉਸ ਸਮੇਂ ਦੀ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਅੱਗ ਦੀ ਵਰਤੋਂ ਤੋਂ ਜਾਣੂ ਸਨ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਆਦੀ ਮਾਨਵ ਆਗਰੀ ਵਰਤੋਂ ਤੋਂ ਜਾਣੂ ਸਨ ਹਾਂਜੀ ਜਾਣੂ ਸੀ ਅਗਨ ਨੂੰ ਬਹੁਤ ਸਾਰੀਆਂ ਚੀਜ਼ਾਂ ਲਈ ਵਰਤਿਆ ਜਾ ਸਕਦਾ ਸੀ ਕਿਹੜੀ ਕਿਹੜੀ ਰੋਸ਼ਨੀ ਲਈ ਮਾਸ ਨੂੰ ਪੰਨਣ ਲਈ ਅਤੇ ਜੰਗਲੀ ਜਾਨਵਰਾਂ ਨੂੰ ਡਰਾਉਣ ਲਈ ਤਾਂਕਿ ਕੋਖਾਰ ਜੰਗਲੀ ਜਾਨਵਰ ਇਹਨਾਂ ਤੇ ਅਟੈਕ ਨਾ ਕਰ ਦੇਣ ਠੀਕ ਇਸ ਲਈ ਇਹਨਾਂ ਦਾ ਅਗ ਦਾ ਪ੍ਰਯੋਗ ਕੀਤਾ ਜਾਂਦਾ ਸੀ ਅੱਗੇ ਹੈ ਜੀ ਬਦਲਦਾ ਵਾਤਾਵਰਣ ਹੁਣ ਹੌਲੀ ਹੌਲੀ ਕੀ ਆ ਇਹ ਕਲਾਈਮੇਟ ਚ ਚੇਂजेस ਹੋਣ ਲੱਗੀਆਂ ਸੀ 12000 ਸਾਲ ਪਹਿਲਾਂ ਤੋਂ ਈਸਾ ਤੋਂ ਪਹਿਲਾਂ ਇਸ ਟਾਈਮ ਵਿੱਚ ਮਾਤਾਵਰਨ ਵਿੱਚ ਤਬਦੀਲੀਆਂ ਆਉਣ ਲੱਗੀਆਂ ਸੀਗੀਆਂ ਚੇਂਜਸ ਆਉਣ ਲੱਗ ਪਈਆਂ ਸੀਗੀਆਂ ਥੋੜਾ ਗਰਮ ਵਾਤਾਵਰਨ ਹੋ ਗਿਆ ਸੀ ਤੇ ਬਰਫਾਂ ਜ਼ਿਆਦਾ ਪਿਗਲੀਆਂ ਹੋਰ ਪਿਗਲੀਆਂ ਤੇ ਥੱਲੇ ਫਿਰ ਕੀ ਆ ਘਾਹ ਦੇ ਮੈਦਾਨ ਆਏ ਘਾਹ ਦੇ ਮੈਦਾਨ ਆਏ ਤਾਂ ਫਿਰ ਕੀ ਆ ਉਹਨਾਂ ਨੂੰ ਖਾਣ ਲਈ ਜਿਹੜੇ ਆਪਣੇ ਕੈਟਲ ਹੁੰਦੇ ਆ ਪੇਟਾਂ ਬੱਕਰੀਆਂ ਮੱਝਾਂ ਗਾਵਾਂ ਵਗੈਰਾ ਇਦਾਂ ਦੇ ਜਾਨਵਰ ਆ ਗਏ ਤੇ ਇਹ ਆਮ ਇਨਸਾਨ ਦੇ ਇਲਾਕੇ ਰਹਿੰਦੇ ਸੀ ਫਿਰ ਦੇਖਿਆ ਆ ਆਮ ਇਨਸਾਨ ਨੇ ਕਿ ਅਸੀਂ ਇਨ੍ਹਾਂ ਤੋਂ ਦੁੱਧ ਲੈ ਸਕਦੇ ਆ ਇਹਨਾਂ ਦੀ ਖੱਲ ਦਾ ਇਹਨਾਂ ਦੇ ਬਾਲਾਂ ਦਾ ਪ੍ਰਯੋਗ ਕਰ ਸਕਦੇ ਆ ਇਦਾਂ ਇਦਾਂ ਦੀਆਂ ਗੱਲਾਂ ਹੋਈਆਂ ਤੇ ਨਾਲ ਹੀ ਜਿਹੜੇ ਕੁਝ ਕੁਸ਼ ਅਨਾਜ ਸੀਗੇ ਜਿਹੜਾ ਘਾਹ ਪੈਦਾ ਹੋ ਗਿਆ ਨਾ বরफ ਪਿਘਲ ਕੇ ਤਾਂ ਕੁਝ ਕੁਸ਼ ਇਦਾਂ ਦੇ ਅਨਾਜ ਸੀਗੇ ਜਿਹੜੇ ਮੋਟੇ ਸੀਗੇ ਜਿਨ੍ਹਾਂ ਨੂੰ ਇਨਸਾਨ ਖਾ ਸਕਦਾ ਸੀ ਫਿਰ ਕੀ ਆ ਸ਼ੁਰੂ ਕੀਤਾ ਇਨਸਾਨਾਂ ਨੇ ਕੀ ਵੀ ਜਿਹੜੇ ਵਧੀਆ ਅਨਾਜ ਆ ਉਹਨਾਂ ਦੇ ਬੀਜ ਆਮ ਕੇ ਉਹ ਫੇਰ ਬੀਜ ਦਿੰਦੇ ਸੀ ਫੇ ਚੰਗੇ ਅਨਾਜ ਤੇ ਚੰਗੇ ਜਿਹੜੇ ਪਸ਼ੂ ਸੀਗੇ ਉਹਨਾਂ ਦੀ ਨਸਲਾਂ ਨੂੰ ਸੰਭਿਆ ਗਿਆ ਇਸ ਤਰ੍ਹਾਂ ਆਪਣੇ ਫਾਇਦੇ ਲਈ ਇਹ ਅਸੀਂ ਅਗਲੀ ਕਲਾਸ ਵਿੱਚ ਪੜ੍ਹਦੇ ਹਾਂ ਜੀ ਅੱਜ ਲਈ ਇੰਨਾ ਹੀ ਸ਼ੁਕਰੀਆ ਸਤਿ ਸ੍ਰੀ ਅਕਾਲ